ਮਾਝਾ ਜਨਵਾਦੀ ਲਿਖਾਰੀ ਸਭਾ ਮਜਲਸ ਔਰ ਤੀਰ ਯਾਦਗਾਰੀ ਸਾਹਿਤਯ ਸਭਾ ਤਰਨ ਤਾਰਨ ਕੀ ਮਾਸਿਕ ਮੀਟਿੰਗ ਭਾਈ ਮੋਹਨ ਸਿੰਘ ਵੈਦ ਲਾਇਬ੍ਰੇਰੀ ਗੰਡਾਵਾਲੀ ਧਰਮਸ਼ਾਲਾ ਮੇ ਪ੍ਰਧਾਨ ਪ੍ਰਤਾਪ ਸਿੰਘ ਪੰਨੂ, ਪ੍ਰਧਾਨ ਨਵਦੀਪ ਸਿੰਘ ਬਦੇਸ਼ਾ ਔਰ ਕੁਲਜੀਤ ਕੌਰ ਮਨ ਕੀ ਅਧਿਅਕਸ਼ਤਾ ਮੇ ਹੋਈ। ਮੀਟਿੰਗ ਕੀ ਸ਼ੁਰੂਆਤ ਅੰਮ੍ਰਿਤਸਰ ਮੇ ਹੋਏ ਦਰਦਨਾਕ ਟ੍ਰੇਨ ਹਾਦਸੇ ਮੇ ਮਾਰੇ ਗਏ ਲੋਗੋ ਕੇ ਲਿਏ ਦੋ ਮਿਨਟ ਕਾ ਮੌਨ ਰੱਖ ਕਰ ਔਰ ਮਰਹੂਮ ਸਾਹਿਤਯਕਾਰ ਸ਼੍ਰੀ ਰਘਬੀਰ ਸਿੰਘ ਤੀਰ ਜੀ ਕੋ ਯਾਦ ਕਰਕੇ ਕੀ ਗਈ। ਇਸਕੇ ਬਾਅਦ ਪ੍ਰੈਸ ਸਕ੍ਰਤ ਮਨਦੀਪ ਸਿੰਘ ਰਾਜਨ ਨੇ ਸਭੀ ਕਾ ਸਵਾਗਤ ਕਰ ਮਜਲਿਸ ਕੇ ਸਾਲਾਨਾ ਪ੍ਰੋਗਰਾਮ ਕਰਵਾਨੇ ਸੰਬੰਧੀ ਆਪਣੇ ਵਿਚਾਰ ਰੱਖੇ ਔਰ ਆਏ ਹੋਏ ਸਭੀ ਮੈਂਬਰਸ ਕੇ ਸੁਝਾਵ ਲੀਏ। ਸਭਾ ਮੇ ਕਵੀ ਦਰਬਾਰ ਕਾ ਵੀ ਆਯੋਜਨ ਕੀਆ ਗਿਆ, ਜਿਸ ਮੇ ਰਿਤੂ ਵਾਸੁਦੇਵ, ਵਿਨੀ ਕਪੂਰ, ਪਰਮਜੀਤ ਕੌਰ, ਮੀਤ ਸੰਧੂ, ਅਮਨ ਚਾਹਲ, ਕਰਨਵੀਰ ਜੋਧਪੁਰੀ, ਪਰਮ ਮੁਰਾਦਪੁਰੀ, ਭੱਟੀ ਸੈਰੋਂਵਾਲਾ, ਬਲਬੀਰ ਸਿੰਘ ਬੇਲੀ ਔਰ ਲਾਇਬ੍ਰੇਰੀਅਨ ਕੈਪਟਨ ਪਿਆਰਾ ਸਿੰਘ ਨੇ ਆਪਣੀ ਰਚਨਾਏ ਪੇਸ਼ ਕੀ। ਅੰਤ ਮੇ ਪ੍ਰਧਾਨ ਕਿਰਤ ਸਿੰਘ ਪੰਨੂ ਨੇ ਸਭੀ ਕਾ ਧੰਨਵਾਦ ਕੀਆ। ਦੇਖੀਏ ਤਰਨ ਤਾਰਨ ਸੇ ਜਗਜੀਤ ਸਿੰਘ ਔਰ ਅਮਨਦੀਪ ਸਿੰਘ ਕੀ ਰਿਪੋਰਟ। ਆਪਾਂ ਰੱਖੀ ਸੀ ਉਦਣ, ਬਾਰਿਸ਼ ਬਹੁਤ ਜ਼ਿਆਦਾ ਸੀ ਅਤੇ ਉਦਣ ਵੀ ਉਹ ਕ੍ਰੈਸ਼ ਹੋ ਗਈ ਸੀ ਮੀਟਿੰਗ, ਇੱਥੇ ਯਾਦ ਨਹੀਂ ਸੀ ਰਿਹਾ ਕਿ ਉਹ ਉਹਨਾਂ ਦੀ ਮੀਟਿੰਗ ਹੁੰਦੀ ਦੂਸਰੀ ਸਭਾ ਦੀ, ਅਤੇ ਉਹ ਆਪਾਂ ਮੀਟਿੰਗ ਕੀਤੀ ਸੀ ਉੱਥੇ ਦਿਸ਼ਾ ਸੈਂਟਰ ਦੇ ਵਿੱਚ, ਅਤੇ ਉਦਣ ਬਲਦੇਵ ਕ੍ਰਿਸ਼ਨ ਜੀ, ਭੈਣ ਜੀ ਕੁਲਜੀਤ ਜੀ, ਇਹਨਾਂ ਨੇ ਜਿਹਨਾਂ ਬੰਦਿਆਂ ਨੇ ਉੱਥੇ ਇਹਨਾਂ ਨੇ ਮੈਂਬਰਾਂ ਨੇ ਸ਼ਿਰਕਤ ਕੀਤੀ, ਮੈਂ ਇਹਨਾਂ ਦਾ ਧੰਨਵਾਦੀ ਹਾਂ ਜੋ ਉਦੋਂ ਦੀ ਮੀਟਿੰਗ ਕਾਮਯਾਬ ਰਹੀ ਇੰਨੀ ਬਾਰਿਸ਼ ਦੇ ਵਿੱਚ ਵੀ ਹੋਣ ਦੇ ਬਾਵਜੂਦ। ਅੱਜ ਵੀ ਚਾਹੇ ਗਿਣਤੀ ਘੱਟ ਆ ਅਤੇ ਮੀਟਿੰਗਾਂ ਸ਼ੁਰੂ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਇੱਕ ਪ੍ਰੋਗਰਾਮ ਬਣਾਇਆ ਗਿਆ ਵੀ ਸਾਡਾ ਸਾਲਾਨਾ ਫੰਕਸ਼ਨ ਸੀ ਪਿਛਲੀ ਵਾਰੀ, ਅਤੇ ਆਪਾਂ ਸਾਵਣ 'ਚ ਕਰਤਾ ਸੀ, ਉਹ ਸਾਵਣ ਦੇ ਪਹਿਲੀ ਦੇਸੀ ਮਹੀਨੇ ਦੇ ਇੱਕ ਤਰੀਕ ਨੂੰ ਕਰਤਾ ਸੀ, ਪਰ ਇਸ ਵਾਰੀ ਉਹ ਗਰਮੀ ਦੀ ਵਜ੍ਹਾ ਕਰਕੇ ਇਸ ਟਾਈਮ ਆਪਾਂ ਸਰਦੀ 'ਚ ਰੱਖਿਆ ਪ੍ਰੋਗਰਾਮ, ਅਤੇ ਦਸੰਬਰ ਦੀ 23 ਤਰੀਕ ਨੂੰ ਸਾਰਿਆਂ ਮੈਂਬਰਾਂ ਨੇ ਜਿੰਨੇ ਵੀ ਇੱਥੇ ਹਾਜ਼ਰ ਨੇ ਇਹਨਾਂ ਨੇ ਕੀਤਾ ਮਤਾ ਪਾ ਤਾ, ਉਹ ਪ੍ਰੋਗਰਾਮ ਹੁਣ 23 ਤੋਂ ਚੇਂਜ ਨਹੀਂ ਕੀਤਾ ਜਾਊਗਾ, 23 ਨੂੰ ਹੀ ਰੱਖਿਆ ਜਾਊਗਾ। ਅਤੇ ਉਦੋਂ ਬਾਅਦ ਜਿਹੜੀ ਸਾਡੇ ਕੋਲ ਸਾਰੇ ਮੈਂਬਰ ਆ ਸਾਹਿਬਾਨ ਆ, ਜਿਸ ਹਿਸਾਬ ਨਾਲ ਆਪਾਂ ਕਰੈਕਸ਼ਨ ਕਰ ਦਿੰਦੇ ਹਾਂ ਆਪਣਾ, ਆਪਾਂ ਤਕਰੀਬਨ ਅਜੇ ਆਪਾਂ ਚੰਦਾ ਲੈਣਾ ਨਹੀਂ। ਸਭਾ 'ਚ ਹਾਜ਼ਰ ਜਿੰਨੇ ਵੀ ਅੱਜ ਦੀਪ ਜਨ ਨੇ ਉਹਨਾਂ ਨੂੰ ਇੱਥੇ ਉਪਸਥਿਤ ਹੋਣ ਲਈ ਆਪਦੀ ਹਾਜ਼ਰੀ ਦੇਣ ਲਈ ਵੀ ਆਇਆ ਕਹਿੰਦਾ। ਅੱਜ ਮੈਂ ਰਾਜਨ ਜੀ ਨੂੰ ਵਧਾਈ ਦਿੰਦਾ ਕਿ ਉਹ ਆਪਣੀ ਮਿਸ ਜੀ ਨੂੰ ਨਾਲ ਲੈ ਕੇ ਆਏ ਆ, ਵੀ ਮੇਰਾ ਖਿਆਲ ਵੀ ਆਉਣ ਵਾਲੇ ਕਵੀਆਂ 'ਚ ਸਾਰਿਆਂ ਨੂੰ ਕਰ ਦਿੱਤਾ ਜਾਊਗਾ ਵੀ ਜਿਹਦੀ ਵੀ ਜਿਵੇਂ ਮੁੰਡਿਆਂ ਦੀ ਮੈਰਿਜ ਹੋ ਗਈ ਉਹ ਇੱਥੇ ਪਰਿਵਾਰ ਸਮੇਤ ਸ਼ਿਰਕਤ ਕਰਿਆ ਕਰਨਗੇ, ਬਹੁਤ ਵਧੀਆ ਗੱਲ ਆ। ਅਤੇ ਨਾਲ ਦੀ ਨਾਲ ਹੀ ਜਿੱਥੇ ਅਸੀਂ ਅੱਜ ਕਰਦੇ ਹਾਂ ਮੀਟਿੰਗ, ਉੱਥੇ 19 ਤਰੀਕ ਨੂੰ ਰਾਵਣ ਦਹਿਣ ਮੌਕੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿਹਦੇ ਵਿੱਚ ਬਹੁਤ ਸਾਰੀਆਂ ਜਾਨਾਂ ਗਈਆਂ, ਉਹਦੇ ਸੰਬੰਧ 'ਚ ਵੀ ਅਸੀਂ ਇੱਕ ਸ਼ੋਕ ਮਤਾ ਆਪਦੀ ਸਭਾ 'ਚ ਰੱਖਿਆ ਵਾ, ਜਿਹੜੀਆਂ ਰੂਹਾਂ ਵਿਛੜ ਗਈਆਂ ਉਹਨਾਂ ਦੀ ਸ਼ਾਂਤੀ ਲਈ ਅਤੇ ਪਰਿਵਾਰਾਂ ਦੇ ਜਿਨ੍ਹਾਂ ਦੇ ਜੀ ਇਸ ਹਾਦਸੇ ਚਲੇ ਗਏ ਉਹਨਾਂ ਦੇ ਭਾਣਾ ਮੰਨਦੇ ਸੀ ਜਾਂ ਉਹਨੇ ਪਰਮਾਤਮਾ ਉਹਨਾਂ ਨੂੰ ਬਲ ਬਖਸ਼ੇ। ਸਭ ਤੋਂ ਪਹਿਲਾਂ ਕਾਰਵਾਈ ਸਭਾ ਦੀ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਵਿਛੜੀਆਂ ਰੂਹਾਂ ਵਾਸਤੇ ਜਿਹੜੀਆਂ ਹਾਦਸੇ ਚਲੇ ਗਈਆਂ ਅਸੀਂ 2 ਮਿੰਟ ਦਾ ਮੌਨ ਰੱਖਾਂਗੇ
ਅਤੇ ਮੈਂ ਸਾਰੇ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਖੜ੍ਹੇ ਹੋ ਕੇ ਅਤੇ 2 ਮਿੰਟ ਟਾਈਮ ਦੇ ਦਿਓ ਅਤੇ ਦੋ ਨਹਿਰ ਦੇ ਕਿਨਾਰੇ ਨੇ ਹੋ ਦੋ ਨਹਿਰ ਦੇ ਕਿਨਾਰੇ ਨੇ ਹੋ ਦੁਨੀਆ 'ਚ ਇਕੱਲੇ ਰਹਿ ਗਈ ਸਭ ਵਿਛੜੇ ਸਹਾਰੇ ਨੇ ਹਏ ਸਭ ਵਿਛੜੇ ਸਹਾਰੇ ਨੇ ਦਿਲ ਯਾਦਾਂ ਵਿੱਚ ਦੁੱਖਦਾ ਏ ਹੋ ਦਿਲ ਯਾਦਾਂ ਵਿੱਚ ਦੁੱਖਦਾ ਏ ਹੋ ਇਕੱਲੇ ਬਹਿ ਕੇ ਰੋ ਲਈਦਾ ਕੋਈ ਹਾਲ ਨਾ ਪੁੱਛਦਾ ਏ ਕੋਈ ਹਾਲ ਨਾ ਪੁੱਛਦਾ ਏ ਟੁੱਟ ਚੱਲਿਆ ਪੈਮਾਨਾ ਏ ਹੋ ਟੁੱਟ ਚੱਲਿਆ ਪੈਮਾਨਾ ਏ ਹੋ ਸੁੱਖਾਂ ਨਾਲ ਵਾ ਕੋਈ ਨਾ ਸਾਡਾ ਦੁੱਖਾਂ ਨਾ ਯਾਰਾਨਾ ਏ ਹਏ ਸਾਡਾ ਦੁੱਖਾਂ ਨਾ ਯਾਰਾਨਾ ਏ ਵੱਡੇ ਪੱਧਰ ਤੇ ਆਸ਼ਕੀ ਕੀਤੀ ਜਿੰਨਾ ਜੰਮ ਪਲ ਨੇ ਉੱਚੇ ਘਰਾਣਿਆਂ ਦੇ ਵੱਡੇ ਪੱਧਰ ਤੇ ਆਸ਼ਕੀ ਕੀਤੀ ਜਿੰਨਾ ਜੰਮ ਪਲ ਨੇ ਉੱਚੇ ਘਰਾਣਿਆਂ ਦੇ ਹੋ ਕੇ ਪਾਰ ਤੇ ਬੇੜੀ ਨੂੰ ਡੋਬ ਲੈਣਾ ਕੰਮ ਜਮਾਂ ਹੀ ਨਿੱਕੇ ਨਿਆਣਿਆਂ ਦੇ ਸੱਚ ਮੁੱਚ ਹੀ ਉਹਨਾਂ ਦਾ ਖੁਦਾ ਹਾਫਿਜ਼ ਜਿਹੜੇ ਆਗੂ ਨੇ ਤੇਰਿਆਂ ਠਾਣਿਆਂ ਦੇ ਰੰਗ ਕੇਸਰੀ ਭੁੱਲੇ ਨਾ ਕੇਸਕੀ ਦਾ ਖੂਬ ਚੇਤੇ ਨੇ ਨੀਲਿਆਂ ਬਾਣਿਆਂ ਦੇ ਮੈਂ ਹਾਂ ਫੁੱਲ ਗੁਲਾਬ ਦਾ ਮੇਰਾ ਕੰਡਿਆਂ ਦੇ ਨਾਲ ਵਾਹ ਮੈਂ ਹਾਂ ਫੁੱਲ ਗੁਲਾਬ ਦਾ ਮੇਰਾ ਕੰਡਿਆਂ ਦੇ ਨਾਲ ਵਾਹ ਭਵਰੇ ਲੈਣ ਸੁਗੰਧਾਂ ਆਉਂਦੇ ਜਦ ਜਾਵਾਂ ਜੋਬਣ ਰੁੱਤੇ ਆ ਮੈਂ ਹਾਂ ਫੁੱਲ ਗੁਲਾਬ ਦਾ ਮੇਰਾ ਕੰਡਿਆਂ ਦੇ ਨਾਲ ਵਾਹ ਸ਼ਾਇਰ ਲੋਕ ਮੇਰਾ ਜ਼ਿਕਰ ਕਰਨ ਵਿੱਚ ਕਿਤਾਬਾਂ ਆਸ਼ਕ ਦਿੰਦੇ ਮਹਿਬੂਬ ਦੇ ਹੱਥ ਫੜਾ ਭਗਤ ਲੋਕ ਕਰਨ ਮੇਰੀ ਗੁਰੂ ਚਰਨ ਭੇਟਾ ਮੈਨੂੰ ਚੜ੍ਹਦਾ ਗੋਡੇ ਗੋਡੇ ਚਾ ਮੈਂ ਹਾਂ ਫੁੱਲ ਗੁਲਾਬ ਦਾ ਮੇਰਾ ਕੰਡਿਆਂ ਦੇ ਨਾਲ ਵਾਹ ਦਿਲ ਕੋ ਆਜ ਮੇਰੀ ਦਿਲ ਕੋ ਸਗੂੰ ਚਾਹੀ ਬੋਲਤੀ ਹੈ ਨਿਗਾਹੇ ਕਿ ਤੂੰ ਚਾਹੀਏ ਆਜ ਮੇਰੀ ਦਿਲ ਕੋ ਸਗੂੰ ਚਾਹੀ ਮੇਰਾ ਭਾਰਤ ਦੇਸ਼ ਮਹਾਨ ਇੱਥੇ ਮਿਲਦਾ ਸਭ ਨੂੰ ਸਨਮਾਨ ਆਸਿਫਾਂ ਨੂੰ ਕਿੰਨਾ ਸੋਹਣਾ ਸਨਮਾਨ ਹੈ ਮਿਲਿਆ ਆਸਿਫਾਂ ਨੂੰ ਕਿੰਨਾ ਸੋਹਣਾ ਸਨਮਾਨ ਹੈ ਮਿਲਿਆ ਦਰਿੰਦਿਆਂ ਉਹੀ ਫੁੱਲ ਮਸਲ ਕੇ ਰੱਖ ਦਿੱਤਾ ਜਿਹੜਾ ਅਜੇ ਪੂਰਾ ਵੀ ਨਹੀਂ ਸੀ ਖਿਲਿਆ ਵਹਿਸ਼ੀ ਅਜੇ ਵੀ ਆਜ਼ਾਦ ਨੇ ਘੁੰਮਦੇ ਨਾਲੇ ਪਹਿਨੇ ਲੁੱਡੀਆਂ ਪਾਣ ਕਹਿੰਦੇ ਮੇਰਾ ਭਾਰਤ ਦੇਸ਼ ਮਹਾਨ ਇੱਥੇ ਮਿਲਦਾ ਸਭ ਨੂੰ ਸਨਮਾਨ ਹਿੰਮਤ ਘੜਦਾ ਸੀ ਉਹ ਖੌਰੇ ਕੀ ਕੁਝ ਸੋਚ ਗਿਆ
ਜਦੋਂ ਸੀ ਉਮਰਾਂ ਲਿਖਣ ਲੱਗਾ ਸ਼ਾਇਦ ਕੋਈ ਆ ਕੇ ਟੋਕ ਗਿਆ। ਇਹ ਰੀਝਾਂ ਲੈ ਕੇ ਜੰਮੀਆਂ ਨੇ ਜਾਂ ਰੀਝਾਂ ਅੰਦਰੋਂ ਥੰਮੀਆਂ ਨੇ, ਇਹਨਾਂ ਦੇ ਸੁਪਨੇ ਕੱਚ ਵਰਗੇ, ਫਿਰ ਵੀ ਆਸਾਂ ਬੜੀਆਂ ਨੇ। ਇਹ ਕੁੜੀਆਂ ਚਿੜੀਆਂ ਜਾਪਦੀਆਂ ਜਾਂ ਅਰਸ਼ੋਂ ਉੱਤਰੀਆਂ ਪਰੀਆਂ ਨੇ। ਇਹ ਚੰਨ ਦੀ ਚਾਨਣੀ ਜਿਹੀਆਂ ਜਾਂ ਧੁੱਪਾਂ ਵਾਂਗ ਨਿਖਰੀਆਂ ਨੇ, ਇਹ ਫਾਹੇ ਲੱਗ ਕੇ ਰਸਮਾਂ ਦੇ ਮਾਪਿਆਂ ਤੋਂ ਵਿਛੜੀਆਂ ਨੇ। ਇਹਨਾਂ ਨੇ ਮਾਵਾਂ ਬਣਨਾ ਏ, ਹਾਂ ਠੰਡੀਆਂ ਛਾਵਾਂ ਬਣਨਾ ਏ, ਧੀਆਂ ਅਤੇ ਭੈਣਾਂ ਇਹੋ ਨੇ, ਸਹਾਰੇ ਬਣ ਕੇ ਖੜੀਆਂ ਨੇ। ਇਹ ਕੁੜੀਆਂ ਚਿੜੀਆਂ ਜਾਪਦੀਆਂ ਜਾਂ ਅਰਸ਼ੋਂ ਉੱਤਰੀਆਂ ਪਰੀਆਂ ਨੇ। ਤੇਰੀ ਮਮਤਾ ਦਾ ਕਰੀ ਜਾਈ ਮੈਂ ਰੋਮ ਰੋਮਿਆ ਮੇਰਾ, ਤੇਰੀ ਮਮਤਾ ਦਾ ਕਰੀ ਜਾਈ ਮੈਂ ਰੋਮ ਰੋਮਿਆ ਮੇਰਾ, ਤੇਰੇ ਕਦਮਾਂ ਥੱਲੇ ਦੁਨੀਆ ਰੁਤਬਾ ਰੱਬ ਤੋਂ ਉੱਚਾ ਤੇਰਾ, ਤੇਰੀ ਮਮਤਾ ਦਾ ਕਰੀ ਜਾਈ ਮੈਂ ਰੋਮ ਰੋਮਿਆ।